ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਸ਼ੇਅਰ ਕਰਾਂਗੇ ਜੀ Airtel ਦੇ ਇੰਟਰਨੈਸ਼ਨਲ ਰੋਮਿੰਗ ਪੈਕਸ ਬਾਰੇ ਤੇ ਸਾਰਿਆਂ ਦੇ ਜੋ ਕੰਟਰੀ ਹੈ ਸਾਰੇ ਕੰਟਰੀਆਂ ਦੇ ਆਪਾਂ ਰੇਟ ਹੈ ਜੋ ਉਹ ਕਵਰ ਕਰਾਂਗੇ ਕੀ ਕੀ ਰੋਮਿੰਗ ਪਲਾਨ ਨੇ ਤੇ ਸਾਰੀਆਂ ਕੰਟਰੀਆਂ ਦੇ ਵਿੱਚ Airtel ਜੋ ਲਗਭਗ 180 ਕੰਟਰੀਆਂ ਦੇ ਵਿੱਚ ਅਵੇਲੇਬਲ ਹੈ ਤੇ Airtel ਇਸ ਲਈ ਯੂਜ਼ ਕੀਤਾ ਕਿਉਂਕਿ ਇਸ ਦਾ ਨੈਟਵਰਕ ਲਗਭਗ ਜੋ ਕੰਟਰੀਆਂ ਹੈ ਸਾਰੇ ਵਿੱਚ ਬਹੁਤ ਹੀ ਵਧੀਆ ਹੈ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਇਸ ਕਰਕੇ Airtel ਨੂੰ ਜਾਦੇ ਮੱਤ ਦਿੱਤੀ ਜਾਂਦੀ ਹੈ ਕਿਉਂਕਿ ਨੈਟਵਰਕ ਵਧੀਆ ਤਾਂ ਇਸ ਕਰਕੇ ਇਹਦੇ ਪਲਾਨਸ ਵੀ ਕਾਫੀ ਵਧੀਆ ਹੈ ਜੇ ਇੰਟਰਨੈਸ਼ਨਲ ਕਾਲਿੰਗ ਵਾਸਤੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਹਰੇਕ ਕੰਟਰੀ ਜਿੱਥੇ ਜਿੱਤੇ ਮੰਦੂ ਕੀ ਪੰਜਾਬ ਪੰਜਾਬ ਦੇ ਜੋ ਲੋਕ ਹੈ ਟਰੈਵਲ ਕਰਦੇ ਆ ਜਾਂ ਜਾਂਦੇ ਆ ਤੇ ਲਗਭਗ ਮੇਨ ਮੇਨ ਮੇ ਕੰਟਰੀਆਂ ਸਾਰੀਆਂ ਕਵਰ ਕਰਾਂਗੇ ਸੋ ਅੱਜ ਦੀ ਵੀਡੀਓ ਪੂਰੀ ਦੇਖਿਓ ਤੇ ਆਪਾਂ ਸਕਰੀਨ ਸ਼ਾਟ ਸ਼ੇਅਰ ਕਰਾਂਗੇ ਕਿ ਕਿਹੜੀ ਕੰਟਰੀ ਵਿੱਚ ਕੀ ਪਲਾਨ ਨੇ ਤੇ ਲਗਭਗ ਕੁਝ ਕੰਟਰੀਆਂ ਦੇ ਜਿਹੜਾ ਕੀ ਸੇਮ ਹੀ ਨੇ ਪਲਾਨ ਤੇ ਕੁਝ ਦੇ ਲੱਗਾ ਹੀ ਸੋ ਆਪਾਂ ਕੰਟਰੀ ਵਾਈਜ਼ ਪਲਾਨ ਦੱਸਾਂਗੇ ਤੇ ਵੈਲਿਡਿਟੀ ਕੀ ਹੈ ਉਹਨਾਂ ਦੀ ਤੇ ਪਲੱਸ ਕੀ ਬੈਨੀਫਿਟ ਨੇ ਤੇ ਉਸ ਚ ਕਿੰਨਾ ਡਾਟਾ ਵਗੈਰਾ ਜਾਂ ਕਿੰਨੇ ਮਿੰਟ ਇੰਡੀਆ ਕਾਲਿੰਗ ਤੇ ਇਨਕਮਿੰਗ ਕਾਲਿੰਗ ਤੇ ਕੀ ਕੀ ਬੈਨੀਫਿਟ ਮਿਲਦੇ ਨੇ ਇਹਨੇ ਪਲਾਨ ਚ ਸਾਰੇ ਜੀ ਇਹਨੇ ਵੀਡੀਓ ਵਿੱਚ ਆਪਾਂ ਜੋ ਹੈ ਐਡ ਕਰਾਂਗੇ ਤੇ ਅਗਰ ਪਹਿਲਾ ਪਹਿਲੀ ਗੱਲ ਤਾਂ ਤੁਸੀਂ ਇੰਟਰਨੈਸ਼ਨਲ ਰੋਮਿੰਗ ਹੈ ਜੋ ਐਕਟੀਵੇਟ ਕਰਨੀ ਹੈ ਉਹ ਕਿਵੇਂ ਕਰਾਉਣੀ ਹੈ ਤਾਂ ਤੁਸੀਂ 121 ਤੇ ਮੈਸੇਜ ਲਿਖ ਕੇ ਸੈਂਡ ਕਰਨਾ ਹੈ ਉਹ ਮੈਸੇਜ ਆਏਗਾ ਜੀ ਆਈ ਆਰ ਸਟਾਰਟ ਮਤਲਬ ਕਿ ਆਈ ਆਰ ਇੰਟਰਨੈਸ਼ਨਲ ਰੋਮਿੰਗ ਨਾਲ ਲਿਖਣਾ ਜੀ ਸਟਾਰਟ ਤਾਂ ਇਸ ਤੋਂ ਜੀ ਤੁਹਾਡੀ ਜੋ ਇੰਟਰਨੈਸ਼ਨਲ ਰੋਮਿੰਗ ਉਹ ਐਕਟੀਵੇਟ ਹੋ ਜਾਵੇਗੀ ਤੁਸੀਂ ਇਨ ਫਿਊਚਰ ਜਦੋਂ ਵੀ ਉੱਪਰ ਟਰੈਵਲ ਕਰਨ ਜਾਣੇ ਹੋ ਤਾਂ ਤੁਸੀਂ ਆਪਣਾ Airtel ਦਾ SIM ਨਾਲ ਕੈਰੀ ਕਰਕੇ ਲੈ ਜਾ ਸਕਦੇ ਹੋ ਤੇ ਉੱਥੇ ਰੂਮਿੰਗ ਪਲਾਨ ਜੋ ਹੈ ਲੈ ਕੇ ਤੁਸੀਂ ਕੋਈ ਵੀ ਤਾਂ ਆਪਣਾ ਜੋ ਹੈ SIM ਚਾਲੂ ਰੱਖ ਸਕਦੇ ਹੋ ਜੋ ਤੁਹਾਨੂੰ ਇਹ ਜ਼ਰੂਰ ਧਿਆਨ ਚ ਰੱਖਣਾ ਪੈਣਾ ਹੈ ਕਿ ਵੈਲਿਡਿਟੀ ਪੈਕ ਦੀ ਕਦੋਂ ਤੱਕ ਤੇ ਕਿੰਨੇ ਦਿਨ ਹੈ ਤਾਂ ਜੋ SIM ਬੰਦ ਹੋਣ ਤੋਂ ਬਚ ਗਏ ਤਾਂ ਇਸ ਲਈ ਤੁਹਾਨੂੰ ਜੋ ਪੈਕ ਦੀ ਵੈਲਿਡਿਟੀ ਦਾ ਧਿਆਨ ਜਰੂਰ ਰੱਖਣਾ ਪੈਣਾ ਹੈ ਆਪਣਾ SIM ਜੋ ਬੰਦ ਹੋਣ ਤੋਂ ਰੋਕਣ ਦੇ ਲਈ ਸੋ ਅੱਜ ਦੀ ਵੀਡੀਓ ਸਟਾਰਟ ਕਰਦੇ ਆਪਾਂ ਤੇ ਪਹਿਲੇ ਪਲਾਨ ਦੇ ਨਾਲ ਜੋ ਕਿ ਆਪਣਾ ਮੋਸਟਲੀ ਆਸਟ੍ਰੇਲੀਆ ਕੈਨੇਡਾ ਯੂ ਐਸ ਏ ਵਰਗੀਆਂ ਕੰਟਰੀਆਂ ਜਿਵੇਂ ਕਿ ਮਲੇਸ਼ੀਆ ਹੋ ਗਿਆ ਸਿੰਗਾਪੁਰ ਤੇ ਸਾਈਪ੍ਰਸ ਇਹਨਾਂ ਕੰਟਰੀਆਂ ਦੇ ਕਿਹ ਕਿਹ ਪਲਾਨ ਨੇ ਅੱਗੇ ਆਪਾਂ ਸ਼ੇਅਰ ਕਰਦੇ ਆਂ ਜੀ ਤੇ ਆਪਾਂ ਨੇ ਦੋ ਪਾਰਟਸ ਵਿੱਚ ਵੀਡੀਓ ਨੂੰ ਮੰਨੇ ਇੱਕ ਤਾਂ ਇਹੀ ਕੰਟਰੀਆਂ ਤੇ ਆ ਗੀਆਂ ਸਾਉਦੀਆ ਜਿਹੀਆਂ ਕੰਟਰੀਆਂ ਤੇ ਪਹਿਲਾਂ ਸਟਾਰਟ ਕਰਦੇ ਆ ਇੰਨਾ ਕੰਟਰੀਆਂ ਤੋਂ ਆਸਟ੍ਰੇਲੀਆ ਯੂ ਐਸ اے ਤੇ ਸਾਈਪ੍ਰਸ ਮਲੇਸ਼ੀਆ ਇੰਨਾ ਕੰਟਰੀਆਂ ਦੇ ਪਲਾਨਸ ਸਕਰੀਨ ਤੇ ਆਪਾਂ ਜਾਣੇ ਆਈ ਮੈਲਦੀ ਤੇ ਤੇ ਤੁਹਾਨੂੰ ਪਲਾਨ ਦਿਖਾਉਣੇ ਆ ਜੀ ਕਿੰਨੇ ਪਲਾਨ ਨੇ ਟੋਟਲ ਹਾਂਜੀ ਤਾਂ ਫਰਸਟ ਪਲਾਨ ਹੈਗਾ ਜੀ 3599 ਵਰਪੇਦਾ ਵੈਲਿਡਿਟੀ ਇਸ ਤੇ ਮਿਲਨੀ ਹੈ ਜੀ 10 ਦਿਨ ਦੀ ਤੇ ਇਨਕਮਿੰਗ ਕਾਲ ਹੈਗੀ ਹੈ ਜੀ ਅਨਲਿमिटेड ਇਸ ਚ ਮਿੰਟ ਮਿਲਨੇ ਆ ਜੀ ਇੰਡੀਅਨ ਕਾਲ ਕਰਨ ਲਈ 250 ਤੇ ਐਸਐਮਐਸ ਹੈਗੇ ਆ ਜੀ 100 ਪੂਰੇ ਤੇ ਡਾਟਾ ਇਸ ਚ ਮਿਲਦਾ ਹੈ ਜੀ 3 ਜੀਵੀ ਤੇ ਟੋਟਲ ਇਹ ਹੀ ਯੂਐਸਏ ਵਰਗਿਆ 68 ਹੋਰ ਕੰਟਰੀਜ਼ ਵਿੱਚ ਵੈਲਿਡ ਹੈ ਜਿਵੇਂ ਕਿ ਆਸਟ੍ਰੇਲੀਆ ਕੈਨੇਡਾ ਵਗੈਰਾ ਤੇ ਉਸ ਤੋਂ ਬਾਅਦ ਅਗਰ ਤੁਸੀਂ ਇਸ ਪੈਕ ਦੇ ਜੋ ਬੈਨੀਫਿਟ ਹੈ ਉਹ ਪੂਰੇ ਕਰ ਲੈਂਦੇ ਹੋ ਮਤਲਬ ਵੈਲਿਡਿਟੀ ਰ ਬਚ ਜਾਂਦੀ ਆ ਤੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਅਗਰ ਤੁਹਾਡੀ ਵੈਲਿਡਿਟੀ ਬਚੀ ਹੋਏ ਤਾਂ ਮੰਨ ਲਓ ਤੁਸੀਂ ਆਪਣੇ 250 ਮਿੰਟ ਵੀ ਯੂਜ਼ ਕਰ ਲਏ ਐਸਐਮਐਸ ਵੀ ਯੂਜ਼ ਕਰ ਲਏ ਡਾਟਾ ਵੀ ਯੂਜ਼ ਕਰ ਲਿਆ ਤਾਂ 10 ਡੇਜ਼ ਬਚੇ ਹੋਏ ਆ ਤਾਂ ਉਸ 10 ਡੇ ਵਿੱਚ ਤੁਹਾਨੂੰ ਜੋ ਕਾਲ ਦੇ ਚਾਰਜਸ ਪੈਣੇ ਆ ਜੀ ਤੇ ਇਨਕਮਿੰਗ ਕਾਲ ਤਾਂ ਫ੍ਰੀ ਹੋਣੀ ਆ ਤੇ ਆਊਟgoing ਕਾਲ ਪੈਣੀ ਆ ਜੀ 35 ਰੁਪਏ 1 ਮਿੰਟ ਦੇ ਤੇ ਆਊਟgoing ਅਗਰ ਲੋਕਲ ਕਾਲ ਕਰਦੇ ਹੋ ਉਸ ਕੰਟਰੀ ਦੀ ਤਾਂ ਪੈਣੇ ਆ ਜੀ 1 ਮਿੰਟ ਦੇ 3 ਰੁਪਏ ਅਗਰ ਐਸਐਮਐਸ ਦੀ ਗੱਲ ਕਰੀਏ ਤਾਂ ਐਸਐਮਐਸ ਪੈਣੇ ਆ ਜੀ 3 ਰੁਪਏ ਠੀਕ ਹੈ ਜੀ ਇਹ ਨੈਕਸਟ ਪਲਾਨ ਹੈਗਾ ਜੀ ਇਹ ਹੈਗਾ ਜੀ 3997 ਰੁਪਏ ਦਾ ਇਸ ਪਲਾਨ ਵਿੱਚ ਵੈਲਿਡਿਟੀ ਹੈਗੀ ਹੈ ਜੀ 30 ਦਿਨਾਂ ਦੀ ਤੇ ਇਨਕਮਿੰਗ ਕਾਲ ਅਨਲਿमिटेड ਹੀ ਆਈ ਤੇ ਮਿੰਟ ਮਿਲ ਜਾਂਦੇ ਜੀ ਇਸ ਚ 500 ਤੇ ਐਸਐਮਐਸ 100 ਜੀ ਤੇ ਡਾਟਾ ਮਿਲ ਜਾਣਾ ਜੀ 5 ਜੀਬੀ ਤੇ ਬਾਕੀ ਪੈਕ ਤੋ ਪੈਕ ਬੈਨੀਫਿਟ ਤੋਂ ਬਾਅਦ ਜਿਹੜੇ ਚਾਰजेस ਲੱਗਣਿਆ ਉਹ ਪਿਛਲੇ ਪੈਕ ਦੀ ਤਰ੍ਹਾਂ ਸੇਮ ਹੀ ਆ ਜੀ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਜੀ ਨੈਕਸਟ ਨੈਕਸਟ ਹੈਗਾ ਜੀ ਆਪਣਾ ਪਲਾਨ 90 ਦਿਨ ਵਾਲਾ ਇਸ ਚੀ ਵਿਲਿਡਿਟੀ 90 ਦਿਨ ਦੀ ਆ ਪਲਾਨ ਹੈਗਾ ਜੀ 5998 ਰੁਪਏ ਦਾ ਤੇ ਇਨਕਮ ਗੱਲ ਅਨਲਿमिटेड ਆਈ ਤੇ ਮਿੰਟ ਮਿਲ ਜਾਣੇ ਇਸ ਚ 1800 ਤੇ ਇਸ ਵਿੱਚ 100 ਜੀ ਤੇ ਇਸ ਚ ਡਾਟਾ ਕੁਛ ਨਹੀਂ ਮਿਲਦਾ ਜੀ ਤੇ ਬਾਕੀ ਪੈਕ ਤੋਂ ਬਾਅਦ ਜਿਹੜੇ ਚਾਰजेस ਆ ਉਹ ਵੀ ਸੇਮ ਹੀ ਹੈ ਜੀ ਪਿਛਲੇ ਪੈਕ ਦੀ ਤਰ੍ਹਾਂ ਅਗਰ ਤੁਸੀਂ ਪੈਕ ਦੇ ਬੇਨਿਫਿਟ ਲੈ ਲੈਂਦੇ ਹੋ ਤੇ ਇਸ ਤੋਂ ਬਾਅਦ ਨੈਕਸਟ ਨੈਕਸਟ ਹੈਗਾ ਜੀ 8998 ਰੁਪਏ ਦਾ ਤੇ ਵੈਲਿਡਿਟੀ ਹੈਗੀ ਹੈ ਜੀ 180 ਦਿਨ ਦੀ ਇਹ ਜਿਹਨ ਕਮਿ ਕਾਲਸ ਅਨਲਿਮਿਟਡ ਆ ਤੇ ਉਸ ਤੋਂ ਬਾਅਦ 3600 ਮਿੰਟ ਮਿਲ ਜਾਂਦੇ ਆ ਜੀ ਇੰਡੀਅਨ ਕਾਲਿੰਗ ਕਰਨ ਵਾਸਤੇ ਤੇ ਐਸਐਮਐਸ ਮਿਲ ਜਾਂਦਾ ਜੀ ਪੂਰੇ 100 ਤੇ ਡਾਟਾ ਇਸ ਕੁਝ ਨਹੀਂ ਮਿਲਦਾ ਜੀ ਤੇ ਬਾਕੀ ਆਫਟਰ ਪਲਾਨ ਜੋ ਹੈ ਉਹ ਚਾਰजेस ਨੇ ਬੈਨੀਫਿਟ ਤੋਂ ਬਾਅਦ ਤਾਂ ਉਹ ਸੇਮ ਹੀ ਹੈ ਜੀ ਲਗਭਗ ਤੇ ਉਸ ਤੋਂ ਬਾਅਦ ਲਾਸਟ ਜਿਹੜਾ ਜੀ ਪੈਕ ਉਸ ਤੋਂ ਬਾਅਦ ਲਾਸਟ ਜਿਹੜਾ ਪੈਕ ਹੈਗਾ ਜੀ ਉਹ ਹੈਗਾ ਜੀ 14998 ਰੁਪਏ ਦਾ ਵੈਲਿਡਿਟੀ ਹੈਗੀ ਜੀ 1 ਸਾਲ ਦੀ ਪੂਰੇ 365 ਦਿਨਾਂ ਦੀ ਤੇ ਇਨਕਮ ਕਾਲ ਅਨਟੜਾ ਜੀ ਤੇ ਮਿੰਟ ਮਿਲ ਜਾਣੇ ਜੀ ਇੰਡੀਆ ਨੂੰ ਕਾਲ ਕਰਨ ਵਾਸਤੇ 7200 ਮਤਲਬ 7200 ਤੇ ਫ੍ਰੀ SMS ਹੈਗਾ ਜੀ 100 ਤੇ ਡਾਟਾ ਕੋਈ ਫ੍ਰੀ ਨਹੀਂ ਹੈਗਾ ਜੀ ਸੋ ਇਹ ਟੋਟਲ ਪੈਕ ਸੀਗੇ ਜੀ ਯੂ ਐਸ اے ਆਸਟ੍ਰੇਲੀਆ ਵਰਗੀਆਂ ਕੰਟਰੀਆਂ ਤੇ ਕਾਲਿੰਗ ਲਈ ਨੈਕਸਟ ਆਪਾਂ ਗੱਲ ਕਰਦੇ ਆ ਅਰਬ ਕੰਟਰੀਆਂ ਬਾਰੇ ਤੇ ਉਹਨਾਂ ਦੇ ਕੀ ਕੀ ਪਲਾਨ ਨੇ Airtel ਜੋ ਇੰਟਰਨੈਸ਼ਨਲ ਰੋਮਿੰਗ ਦੇ ਅੱਗੇ ਉਹਨਾਂ ਦੀ ਗੱਲ ਕਰਦੇ ਹਾਂਜੀ ਹੁਣ ਗੱਲ ਕਰਾਂਗੇ ਆਪਾਂ ਯੂ ਐੇ ਸਾਊਦੀ ਅਰਬ ਕੁਐਤ ਵਰਗੀਆਂ ਕੰਟਰੀਜ਼ ਤੇ ਜੋ ਜੋ Airtel ਦੇ ਰੋਮਿੰਗ ਪਲਾਨਸ ਉਹਨਾਂ ਦੇ ਕੀ ਕੀ ਪ੍ਰੋਸ ਨੇ ਤੇ ਸਭ ਤੋਂ ਪਹਿਲਾ ਪਲਾਨ ਹੈਗਾ ਜੀ 648 ਰੁਪਏ ਦਾ ਇਸ 'ਚ ਜੀ ਇੱਕ ਦਿਨ ਦੀ ਵੈਲਿਡਿਟੀ ਮਿਲਣੀ ਹੈ ਜੀ ਤੇ ਮਿੰਟ ਮਿਲ ਜਾਣੇ ਹੈ ਜੀ ਇਸ 'ਚ 100 ਤੇ ਇਹ ਧਿਆਨ ਰੱਖਿਓ ਜੀ ਇਸ 'ਚ ਇਨਕਮਿੰਗ ਮਿੰਟ ਹੈ ਜੀ ਇੰਡੀਆ ਤੋਂ ਜੇ ਜਿਹੜੀ ਇਨਕਮਿੰਗ ਕਾਲ ਆਉਣੀ ਆ ਉਸ ਦੇ 100 ਮਿੰਟ ਜੀ ਉਸ ਤੋਂ ਬਾਅਦ ਚਾਰਜਸ ਪੈਣੇ ਆ ਜੀ ਅਗਰ ਕਾਲ ਕਰਨੀ ਆ ਇੰਡੀਆ ਨੂੰ ਆਊਟgoing ਤਾਂ ਵੀ 100 ਮਿੰਟ ਹੀ ਮਿਲਨੇ ਆ ਤੇ SMS ਮਿਲ ਜਾਣੇ ਆ ਜੀ ਸੋ ਤੇ ਨੈਟ ਮਿਲ ਜਾਣਾ ਜੀ ਇਸ ਚ 500 MB ਤੇ ਇਸ ਤੋਂ ਬਾਅਦ ਅਗਰ ਪੈਕ ਬੈਨੀਫਿਟ ਲੈ ਲੈਂਦੇ ਹੋ ਤਾਂ ਉਸ ਤੋਂ ਬਾਅਦ ਕੀ ਚਾਰजेस ਨੇ ਜੀ ਯਾਨੀ ਕਿ ਹਮ ਗਾਉ ਲਿੰਕ ਦੇ ਹੈਗੇ ਆ ਜੀ 10 ਰੁਪਏ ਪਰ ਮਿੰਟ ਦੇ ਤੇ ਕੋਟ ਗoing ਅਵਰ ਇੰਟਰਨੈਸ਼ਨਲ ਕਰਦੇ ਹੋ ਤਾਂ 35 ਰੁਪਏ 1 ਮਿੰਟ ਦੇ ਤੇ ਅਗਰ ਲੋਕਲ ਕਰਦੇ ਹੋ ਤਾਂ ਇਹ 12 ਰੁਪਏ 1 ਮਿੰਟ ਦੇ ਤੇ ਇਸ ਤੋਂ ਨੈਕਸਟ ਪਲਾਨ ਹੈਗਾ ਜੀ 3598 ਰੁਪਏ ਦਾ ਜਿਸ ਚ ਤੁਹਾਨੂੰ ਮਿਲ ਜਾਣੀ 10 ਦਿਨ ਦੀ ਵੈਲਿਡਿਟੀ ਤੇ ਇਨਕਮਿੰਗ ਕਾਲਸ ਮਿਲ ਜਾਣੀਆਂ ਜੀ 250 ਮਿੰਟ ਦੀਆਂ ਤੇ ਇਸ ਤੋਂ ਬਾਅਦ ਆਗਰ ਆਊਟਗoing ਕਾਲ ਕਰਨੀ ਹੈ ਇੰਡੀਆ ਨੂੰ ਤਾਂ ਵੀ 250 ਮਿੰਟ ਹੀ ਮਿਲਣਾਂ ਇਹ ਤੇ SMS ਮਿਲ ਜਾਣਾਂ ਜੀ 100 ਤੇ ਡਾਟਾ ਮਿਲਦਾ ਜੀ 3GB ਤੇ ਬਾਕੀ ਆਫਟਰ ਡਾਟਾ ਜੋ ਚਾਰजेस ਨੇ ਸੋਰੀ ਆਫਟਰ ਪੈਕ ਜੋ ਬੇਨਫਿਟਸ ਦਾ ਤੁਸੀਂ ਪੂਰੇ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਚਾਰजेस ਨੇ ਉਹ ਹੈਗੇ ਸੇਮ ਹੀ ਆ ਜੋ ਪਿਛਲੇ ਪਲਾਨ ਸੀਗਾ ਲਗਭਗ ਸੇਮ ਹੀ ਹੈ ਜੀ ਤੇ ਨੈਕਸਟ ਪਲਾਨ ਹੈਗਾ ਜੀ 3998 ਰੁਪਏ ਦਾ ਤੇ ਇਸ ਚ ਹੈਗੀ ਹੈ ਜੀ 30 ਦਿਨ ਦੀ ਵੈਲਿਡਿਟੀ ਇਨਕਮਿੰਗ ਕਾਲ ਮਿੰਟ ਮਿਲ ਜਾਣੇ ਆ ਜੀ 500 ਤੇ ਆਊਟ ਗੋਇੰਗ 500 ਤੇ 3 SMS ਹੈਗੇ 100 ਤੇ 5 GB ਡਾਟਾ ਤੇ ਇੱਕ ਗੱਲ ਇਸ ਚ ਪਲਾਨ ਜਰੂਰ ਸਸਤੇ ਨੇ ਪਰ ਇਸ ਚ ਜੋ ਹੈ ਤੋਨੋ ਇਨਕਮਿੰਗ ਕਾਲ ਵੀ ਫ੍ਰੀ ਨਹੀਂ ਮਿਲ ਰਹੀ ਜੋ ਕਿ ਅੰਦਰ ਕੰਟਰੀ ਜਿਵੇਂ ਆਸਟ੍ਰੇਲੀਆ ਯੂ ਐਸ اے ਵਰਗੀਆਂ ਕੰਟਰੀਆਂ ਸੀ ਉਸੇ ਇਨਕਮਿੰਗ ਕਾਲ ਫ੍ਰੀ ਸੀ ਰੇ ਤੇ ਮਿੰਟ ਪੈਣੇ ਆ ਜੀ ਤੁਹਾਨੂੰ ਤੇ ਇਸ ਤੋਂ ਬਾਅਦ ਨੈਕਸਟ ਪਲਾਨ ਦੀ ਗੱਲ ਕਰਦੇ ਆ ਜੀ ਨੈਕਸਟ ਪਲਾਨ ਹੈਗਾ ਜੀ 5999 ਰੁਪਏ ਦਾ ਤੇ ਇਸ ਚ 90 ਦਿਨ ਦੀ ਵੈਲਿਡਿਟੀ ਹੈ ਜੀ 300 ਮਿੰਟ ਜਿਹੜਾ ਇਨ ਕਮੇਗਾ ਤੇ 300 ਹੀ ਆਊਟ ਗoing ਸੋ SMS ਹੈ ਜੀ ਡਾਟਾ ਕੋਈ ਨਹੀਂ ਮਿਲਣਾ ਜੀ ਇਸ ਚ ਤੇ ਇਸ ਤੋਂ ਬਾਅਦ ਨੈਕਸਟ ਪਲਾਨ ਹੈਗਾ ਜੀ 89999 ਰੁਪਏ ਦਾ ਜਿਸ ਚ 180 ਦਿਨ ਦੀ ਵੈਲਿਡਿਟੀ ਹੈ ਜੀ ਇਨਕਮਿੰਗ ਤੇ ਆਊਟਗoing 600 600 ਮਿੰਟ ਮਿਲਦਾ ਹੈ ਜੀ ਤੇ ਇਸ ਤੋਂ ਬਾਅਦ ਉਸ ਵਿੱਚ ਹੈਗੇ 100 ਡਾਟਾ ਕੁਝ ਨਹੀਂ ਮਿਲਦਾ ਜੀ ਇਸ ਚ ਤੇ ਉਸ ਤੋਂ ਬਾਅਦ ਲਾਸਟ ਪਲਾਨ ਹੈਗਾ ਜੀ 14999 ਰੁਪਏ ਦਾ ਤੇ ਵੈਲਿਡਿਟੀ 1 ਸਾਲ ਦੀ ਹੈ ਜੀ 365 ਦਿਨ ਦੀ ਤੇ ਇਨਕਮਿੰਗ ਕਾਲ ਹੈਗੀ ਹੈ ਜੀ 1200 ਮਿੰਟ ਤੇ ਆਊਟਗoing ਵੀ 1200 ਮਿੰਟ ਤੇ SMS ਹੈਗੇ ਜੀ ਪੂਰੇ 100 ਤੇ ਡਾਟਾ ਕੁਛ ਨਹੀਂ ਜੀ ਤੇ ਇਹ ਪਲਾਨ ਸੀਗੇ ਜੀ ਆਪਣੇ ਸੌਦੀ ਅਰਬ ਵਰਗੀਆਂ ਕੰਟਰੀਆਂ ਦੀਆਂ ਸੌਅਤ ਵਰਗੀਆਂ ਤੇ ਅਗਰ ਕਿਸੇ ਵੀ ਪ੍ਰਾਉ ਨੂੰ ਹੋਰ ਕੰਟਰੀਆਂ ਦਾ ਪੈਕ ਪਤਾ ਕਰਨਾ ਹੋਵੇ ਤਾਂ ਮੈਨੂੰ DM ਕਰ ਸਕਦਾ ਤੇ ਇਹ ਪਲਾਨਸ ਤੁਸੀਂ ਆਨਲਾਈਨ ਵੀ ਰੀਚਾਰਜ ਕਰ ਸਕਦੇ ਹੋ ਅਗਰ ਇੰਡੀਆ 'ਚ ਕਿਸੇ ਰਿਟੇਲਰ ਤੋਂ ਮ ਰੀਚਾਰਜ ਕਰਾਉਣਾ ਹੋਵੇ ਤਾਂ ਉਹ ਵੀ ਹੋ ਜਾਏਗਾ ਤੇ ਸਿੰਪਲੀ ਇਹ ਹੋ ਜਾਂਦੇ ਆ ਪੈਕਸ ਵਗੈਰਾ ਤੇ ਅਗਰ ਕਿਸੇ ਵੀ ਭਰਾ ਨੂੰ ਕੋਈ ਦਿੱਕਤ ਆਵੇ ਤਾਂ ਇਸਟਾਏਡੀ ਮੈਂ ਮੈਂਸ਼ਨ ਕਰਾਂਗਾ ਤਾਂ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਧੰਨਵਾਦ